ਡੇਰਾ ਬਾਬਾ ਬਿਸ਼ਨ ਦਾਸ, ਬਾਬਾ ਗਰੀਬ ਦਾਸ ਜੀ ਕੋਟਲਾ ਨੌਰਥ ਸਿੰਘ ਵੱਲੋਂ ਪਹਿਲਾ ਓਪਨ ਹਾਕੀ ਟੂਰਨਾਮੈਂਟ 24 ਅਤੇ 25 ਸਤੰਬਰ ਨੂੰ ਰੇਲਵੇ ਮੰਡੀ ਦੀ ਹਾਕੀ ਗਰਾਊਂਡ ਵਿੱਚ ਸ਼ੁਰੂ ਹੋ ਗਿਆ ਹੈ। ਅੱਜ ਪਹਿਲੇ ਦਿਨ ਜਲੰਧਰ ਤੋਂ DSP ਸਮੀਰ ਵਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਇਸ ਦੌਰਾਨ ਖਿਡਾਰੀਆਂ ਨਾਲ ਪਰਚੇ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ 'ਤੇ ਨਈ ਸੋਚ ਦੇ ਸੰਸਥਾਪਕ ਪ੍ਰਧਾਨ ਅਸ਼ਵਨੀ ਗੈਂਦ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣਾਂ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ। ਬਿਸ਼ਨ ਦਾਸ, ਡੇਰਾ ਬਾਬਾ ਬਿਸ਼ਨ ਦਾਸ ਗਰੀਬ ਦਾਸ ਵੱਲੋਂ ਸਾਲਾਨਾ ਟੂਰਨਾਮੈਂਟ ਉਹਨਾਂ ਨੂੰ ਮੇਲੇ ਨੂੰ ਸਮਰਪਿਤ 24 ਅਤੇ 25 ਸਤੰਬਰ ਦਾ ਅਸੀਂ ਕਰਾ ਰਹੇ ਹਾਂ। ਇਹ ਤੋਂ ਪਹਿਲਾਂ ਵੀ ਅਸੀਂ ਡਿਸਟ੍ਰਿਕਟ ਫੈਡਰੇਸ਼ਨ ਹਾਕੀ ਦੇ ਵਿੱਚ ਆਪਣੀਆਂ ਟੀਮਾਂ ਨੂੰ ਉਤਾਰਿਆ ਹੈ, ਜਿਹੜੇ ਜ਼ਿਲ੍ਹੇ ਨੂੰ ਵੀ ਜਿੱਤਿਆ ਅਤੇ ਪਥਿਆਲ ਸਟਾਰ ਕਲੱਬ ਨੂੰ ਵੀ ਜਿੱਤਿਆ ਸੀ। ਅਸੀਂ ਜਿੱਥੇ ਇਹ ਨਵਾਂ ਉਪਰਾਲਾ ਕਰ ਰਹੇ ਹਾਂ ਉਹਦੇ ਨਾਲ ਨਾਲ ਅਸੀਂ ਪਹਿਲਾਂ ਵੀ ਕਲੱਬਾਂ ਦੇ ਵਿੱਚ ਸ਼ਿਰਕਤ ਕਰਦਾ ਸਾਡਾ ਡੇਰਾ, ਜਿਵੇਂ ਭਾਈਆ ਵਜ਼ੀਰਾ ਕਲੱਬ ਮਾਂਝੀ, ਅੱਲਾ ਰੱਖਾ ਕਲੱਬ ਭੋਲਨੋਵਾਲ, ਨਇਆ ਸਰਿਆ ਕਲੱਬ ਪੁਰਾਣੀ ਬਸੀ ਅਤੇ ਡਿਸਟ੍ਰਿਕਟ ਬਾਸਬਾਲ ਐਸੋਸੀਏਸ਼ਨ 'ਚ ਵੀ ਅਸੀਂ ਹਿੱਸਾ ਲੈਂਦੇ ਹਾਂ। ਅਤੇ ਹੁਣ ਅਸੀਂ ਇਹ ਨਵਾਂ ਉਪਰਾਲਾ ਇਹ ਐਤਕੀ ਫਿਰ ਸ਼ੁਰੂ ਕੀਤਾ ਕਿਉਂਕਿ ਪਹਿਲੀ ਵਾਰੀ, ਕਿਉਂਕਿ ਇਹਦਾ ਇਹ ਮਤਲਬ ਆ ਕਿ ਜਿਹੜੇ ਬੱਚੇ ਆਪਣੇ ਨਸ਼ੇ ਵੱਲ ਰੁਝਾਨ ਵੱਧ ਰਿਹਾ, ਅਸੀਂ ਸੋਚਦੇ ਹਾਂ ਕਿ ਜਿਹੜਾ ਸਾਡਾ ਯੂਥ ਆ ਉਹ ਗਲਤਾਨ ਨਾ ਹੋਵੇ, ਜਿਸ ਦੇਸ਼ ਨੂੰ ਕਮਜ਼ੋਰ ਕਰਨਾ ਹੋਵੇ ਉਸ ਦੇਸ਼ ਵਿੱਚ ਨਸ਼ਾ ਲਾ ਦਿਓ, ਜਿਸ ਘਰ ਨੂੰ ਕਮਜ਼ੋਰ ਕਰਨਾ ਹੋਵੇ ਅਤੇ ਉਹਨੂੰ ਆਪਾਂ ਨਸ਼ਾ ਲਾ ਦਈਏ ਅਤੇ ਉਹ ਕਮਜ਼ੋਰ ਹੋ ਜਾਂਦਾ। ਸੋ ਇਸ ਲਈ ਸਾਡੀਆਂ ਸਰਕਾਰਾਂ ਜਿੱਥੇ ਉਪਰਾਲਾ ਕਰ ਰਹੀਆਂ ਉੱਥੇ ਅਸੀਂ ਡੇਰਿਆਂ ਵੱਲੋਂ ਵੀ ਕਹਿੰਦੇ ਉਪਰਾਲੇ ਕੀਤੇ ਜਾਣ ਤਾਂ ਕਿ ਸਾਡਾ ਸਮਾਜ ਦੀ ਸਹੀ ਸਿਰਜਣਾ ਹੋ ਸਕੇ। ਧੰਨਵਾਦ। ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਜੀ ਬਾਬਾ ਜੀ ਦੇ ਡੇਰਾ ਨਾਰੇ ਦੇ ਸੰਬੰਧ ਵੱਲੋਂ, ਬਹੁਤ ਵਧੀਆ ਟੂਰਨਾਮੈਂਟ ਆ ਜਿਹੜਾ ਹਾਕੀ ਦਾ ਟੂਰਨਾਮੈਂਟ ਹੈ। ਅੱਜ ਇੱਥੇ ਮੈਂ ਪਹੁੰਚਿਆ ਜਲੰਧਰ ਤੋਂ ਇੱਥੇ, ਅਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਅਤੇ ਬਾਬਾ ਜੀ ਨੂੰ ਵੀ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਜਿਹੜੇ ਰੈਗੂਲਰ ਹੋਣੇ ਚਾਹੀਦੇ ਨੇ ਤਾਂ ਕਿ ਜਿਹੜਾ ਯੂਥ ਆ ਉਹਨੂੰ ਪ੍ਰੋਤਸਾਹਨ ਮਿਲੇ ਅਤੇ ਉਹਨਾਂ ਦਾ ਜਿਹੜਾ ਧਿਆਨ ਹੈ ਖੇਡਾਂ ਪ੍ਰਤੀ ਹਟੇ ਦੇ, ਜਿਹੜਾ ਡਰੱਗਸ ਹੈ ਜਿਹੜਾ ਚੱਲਿਆ ਅੱਜ ਕੱਲ੍ਹ ਬਹੁਤ, ਉਹਨਾਂ ਦੀ ਰੋਕਥਾਮ ਕੀਤੀ ਜਾਵੇ। ਡੇਰਾ ਬਾਬਾ ਬਿਸ਼ਨ ਦਾਸ ਜੀ ਵੱਲੋਂ ਪਹਿਲਾ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ, ਓਪਨ ਹਾਕੀ ਟੂਰਨਾਮੈਂਟ, ਇਹਦੇ ਵਿੱਚ 8 ਟੀਮਾਂ ਨੇ ਭਾਗ ਲਿਆ ਆ ਅਤੇ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਟੂਰਨਾਮੈਂਟ ਸ਼ੁਰੂ ਕਰਵਾਇਆ ਆ ਅਤੇ ਸਾਰੀ ਦੁਨੀਆ ਕ੍ਰਿਕਟ ਵਾਲੇ ਪਾਸੇ ਨੂੰ ਹੋਈ ਜਾਂਦੀ ਆ, ਬੜੀ ਮੁਸ਼ਕਿਲ ਨਾਲ ਅਸੀਂ ਇਹ ਗਰਾਊਂਡ ਨੂੰ ਆਬਾਦ ਕੀਤਾ ਆ ਅਤੇ ਇੱਥੇ ਅਸੀਂ ਹਾਕੀ ਦੀ ਸ਼ੁਰੂਆਤ ਕੀਤੀ ਆ। ਸ਼ਹਿਰ ਵਾਸੀਆਂ ਨੂੰ ਅਪੀਲ ਆ, ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਅਤੇ ਇਸ ਹਾਕੀ ਨੂੰ ਚੱਲਦੀ ਰੱਖੋ। ਕੈਮਰਾਮੈਨ ਲੱਕੀ ਦੇ ਨਾਲ ਅਰਵਿੰਦ ਸ਼ਰਮਾ ਦੀ ਰਿਪੋਰਟ।